ਇਹ ਮੰਜ਼ਰ ਹੈ ਉੱਤਰਾਖੰਡ ਦਾ, ਜਿੱਥੇ ਪਿਛਲੇ ਦਿਨੀਂ ਰਿਕਾਰਡ ਤੋੜ ਬਾਰਿਸ਼ ਤੇ ਹੜ੍ਹ ਕਾਰਨ 60 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ, ਵੱਡੀ ਤਬਾਹੀ ਵੇਖਣ ਨੂੰ ਮਿਲੀ। ਭਾਰਤ ਦੇ ਮੌਸਮ ਵਿਗਿਆਨ ਵਿਭਾਗ ਦੇ ਅੰਕੜਿਆਂ ਅਨੁਸਾਰ ਰਾਜ ਵਿੱਚ ਅਕਤੂਬਰ ਦੇ ਪਹਿਲੇ 18 ਦਿਨਾਂ ਵਿੱਚ 178 ਮਿਲੀਮੀਟਰ ਬਾਰਿਸ਼ ਹੋਈ, ਜੋ ਔਸਤ ਨਾਲੋਂ 485 ਫੀਸਦੀ ਜ਼ਿਆਦਾ ਹੈ। ਮੌਸਮ ਵਿਗਿਆਨ ਕੇਂਦਰ ਦੇਹਰਾਦੂਨ ਦੇ ਨਿਰਦੇਸ਼ਕ ਵਿਕਰਮ ਸਿੰਘ ਨੇ ਇਸ ਖੇਤਰ ਵਿੱਚ ਭਾਰੀ ਬਾਰਿਸ਼ ਦਾ ਕਾਰਨ ਜਲਵਾਯੂ ਪਰਿਵਰਤਨ ਯਾਨੀ ਕਲਾਈਮੇਟ ਚੇਂਜ ਦੱਸਿਆ ਹੈ। ਇਸ ਦੀ ਪੁਸ਼ਟੀ IMD ਅਤੇ ਇੰਡੀਅਨ ਇੰਸਟੀਟਿਊਟ ਆਫ ਟ੍ਰੋਪੀਕਲ ਮੌਸਮ ਵਿਗਿਆਨ ਦੁਆਰਾ 2016 ਅਤੇ 2020 ਵਿੱਚ ਕੀਤੇ ਗਏ ਵੱਖੋ ਵੱਖਰੇ ਅਧਿਐਨਾਂ ਦੁਆਰਾ ਵੀ ਕੀਤਾ ਗਿਆ ਹੈ। ਵਾਤਾਵਰਨ 'ਚ ਤਬਦੀਲੀ ਦਾ ਅਸਰ ਪੰਜਾਬ ਵਿੱਚ ਵੀ ਹੋ ਰਿਹਾ ਹੈ, ਪਰ ਇੱਥੇ ਇਸ ਦਾ ਅਸਰ ਕੁਝ ਵੱਖਰਾ ਹੈ। ਇਹ ਹਨ ਪੰਜਾਬ ਦੇ ਡੇਰਾ ਬਸੀ ਤਹਿਸੀਲ ਦੇ ਇੱਕ ਪਿੰਡ ਦੇ ਰਹਿਣ ਵਾਲੇ ਸੁੱਚਾ ਸਿੰਘ। ਆਪਣੇ ਖੇਤਾਂ ਲਈ ਇਹ ਜ਼ਮੀਨੀ ਪਾਣੀ ਨੂੰ ਖਿੱਚਣ ਵਾਸਤੇ ਬੋਰਵੈੱਲ ਕਰਾ ਰਹੇ ਹਨ, ਪਰ ਜ਼ਮੀਨ ਹੇਠਾਂ ਪਾਣੀ ਦਾ ਪੱਧਰ ਉਹਨਾਂ ਦੀ ਉਮੀਦ ਨਾਲੋਂ ਕਿਤੇ ਥੱਲੇ ਜਾ ਚੁੱਕਾ ਹੈ। ਕਾਠਸਾਲਾ ਸੁੱਚਾ ਸਿੰਘ ਨੇ ਆਪਣੇ ਜੀਵਨ ਕਾਲ ਵਿੱਚ ਪਾਣੀ ਦੇ ਪੱਧਰ ਨੂੰ ਲਗਾਤਾਰ ਥੱਲੇ ਜਾਂਦੇ ਵੇਖਿਆ ਹੈ। ਉਹ ਯਾਦ ਕਰਦੇ ਹਨ ਕਿ ਇੱਕ ਸਮਾਂ ਸੀ ਜਦੋਂ ਡੰਡਾ ਮਾਰਨ 'ਤੇ ਹੀ ਜ਼ਮੀਨ 'ਚ ਪਾਣੀ ਲੱਭ ਜਾਂਦਾ ਸੀ। ਸਾਨੂੰ ਆਪਣੀ ਮਜਬੂਰੀ ਨੂੰ ਡੂੰਘਾ ਜਾਣਾ ਪੈ ਰਿਹਾ ਜੀ, ਸਾਡੀ ਮਜਬੂਰੀ ਹੋ ਗਈ। ਜੇ ਅਸੀਂ ਡੂੰਘਾ ਬੋਰ ਨਹੀਂ ਕਰਦੇ ਤਾਂ ਸਾਡੇ ਕੋਲ ਫਸਲ ਨਹੀਂ ਹੁੰਦੀ ਜੀ, ਸਾਡੀ ਫਸਲ ਖੇਤ 'ਚ ਖੜ੍ਹੀ ਸੁੱਕ ਜਾਂਦੀ ਆ, ਕਿਉਂਕਿ ਬਾਰਿਸ਼ਾਂ ਦਾ ਕੋਈ ਟਾਈਮ ਨਹੀਂ ਹੈਗਾ। ਹੋ ਜਾਣ ਬਾਰਿਸ਼ਾਂ ਜਾਂ ਨਾ ਹੋ ਜਾਣ ਜੀ, ਪਹਿਲਾਂ ਸਭ ਤੋਂ ਪਹਿਲਾਂ ਮੇਰੀ ਜੋ ਰੂਟੀਨ 'ਚ ਮੈਂ ਆਪ ਨੂੰ ਦੱਸਣ ਗਿਆ ਜੀ, ਅਸੀਂ 40 ਫੁੱਟ ਬੋਰ ਕਰਾਇਆ ਸੀਗਾ ਜੀ। 40 ਫੁੱਟ ਨਾਲ ਸਾਨੂੰ 4 ਇੰਚੀ ਪ੍ਰੈਸਰ ਪਾਣੀ ਮਿਲ ਜਾਂਦਾ ਸੀਗਾ ਜੀ, ਔਰ ਮਾਮੂਲੀ ਪਾਵਰ ਖਰਚ ਕਰੇ। ਉਸ ਤੋਂ ਬਾਅਦ ਅਸੀਂ 100 ਫੁੱਟ ਦਾ ਬੋਰ ਕਰਵਾਇਆ ਜੀ, ਉਹਦੇ ਵਿੱਚ ਸਾਡਾ ਜਿੱਥੇ ਖਰਚਾ ਹੋਇਆ ਅੱਜ ਉਹ ਵੀ ਫੇਲ ਹੋ ਗਿਆ ਜੀ। ਹੁਣ ਅਸੀਂ 200 ਤੋਂ 250 ਫੁੱਟ ਦੇ ਵਿੱਚ ਦੋ ਖੇਤਾਂ 'ਚ ਦੋ ਟਿਊਬਵੈੱਲ ਲਵਾਏ ਹਾਂ, ਇੱਕ 250, ਇੱਕ 225, ਤਾਂ ਜਾ ਕੇ ਸਾਨੂੰ ਮਾੜਾ ਮੋਟਾ ਫਸਲ ਨਾਲ ਪਾਣੀ ਫਸਲ ਨੂੰ ਦੇਣ ਵਾਸਤੇ ਪਾਣੀ ਮਿਲ ਰਿਹਾ ਜੀ। ਉਹ ਵੀ ਜ਼ਿਆਦਾ ਜਿਹੜੀ ਪਾਵਰ ਖਰਚ ਕਰਕੇ ਸਾਨੂੰ ਪਾਣੀ ਧਰਤੀ 'ਚੋਂ ਕੱਢਣਾ ਪੈਂਦਾ, ਯਾਨੀ ਦਿਨ ਪਰ ਦਿਨ ਇਹ ਪਾਣੀ ਜੋ ਧਰਤੀ ਦਾ ਅੰਡਰਗਰਾਊਂਡ ਪਾਣੀ ਆ ਉਹ ਸਾਡੀ ਪਹੁੰਚ ਤੋਂ ਬਾਹਰ ਹੁੰਦਾ ਜਾ ਰਿਹਾ ਜੀ, ਖਾਸ ਕਰਕੇ ਗਰੀਬ ਆਦਮੀ ਦੀ ਪਹੁੰਚ ਤਾਂ ਬਿਲਕੁਲ ਹੀ ਬਾਹਰ ਚਲੇ। ਲੁਧਿਆਣਾ ਵਿਖੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਇੱਕ ਅਧਿਐਨ ਅਨੁਸਾਰ ਪੰਜਾਬ ਵਿੱਚ ਧਰਤੀ ਹੇਠਾਂ ਪਾਣੀ 3 ਤੋਂ 10 ਮੀਟਰ 'ਤੇ ਉਪਲਬਧ ਸੀ, ਸਿਰਫ 2 ਦਹਾਕਿਆਂ ਵਿੱਚ ਇਹ 30 ਮੀਟਰ ਤੋਂ ਹੇਠਾਂ ਆ ਗਿਆ ਹੈ। ਬਾਕੀ ਕਾਰਨਾਂ ਤੋਂ ਇਲਾਵਾ ਇੱਕ ਕਾਰਨ ਝੋਨਾ ਵੀ ਦੱਸਿਆ ਗਿਆ ਹੈ, ਜੋ ਬਾਕੀ ਕਈ ਫਸਲਾਂ ਦੇ ਮੁਕਾਬਲੇ ਪਾਣੀ ਦੀ ਜ਼ਿਆਦਾ ਖਪਤ ਕਰਦਾ ਹੈ। ਮਾਹਰ ਦੱਸਦੇ ਹਨ ਕਿ ਪਿਛਲੇ ਸਾਲਾਂ ਦੌਰਾਨ ਸੂਬੇ ਵਿੱਚ ਬਾਰਿਸ਼ ਦੀ ਲਗਾਤਾਰ ਘਾਟ ਵੇਖਣ ਨੂੰ ਮਿਲ ਰਹੀ ਹੈ। ਇਸ ਦਾ ਕਾਰਨ ਵਾਤਾਵਰਨ 'ਚ ਹੋ ਰਹੀ ਤਬਦੀਲੀ ਹੈ ਅਤੇ ਇਹ ਜ਼ਮੀਨੀ ਪਾਣੀ ਦੇ ਪੱਧਰ ਦੇ ਘਟਣ ਦਾ ਵੱਡਾ ਕਾਰਨ ਹੈ। 1980 ਅਤੇ 1999 ਦੇ ਵਿਚਕਾਰ ਪੰਜਾਬ 'ਚ ਘੱਟ ਬਾਰਿਸ਼ ਵਾਲੇ ਸਿਰਫ 2 ਸਾਲ ਸੀ। 1990 ਤੋਂ 1999 ਦੇ ਦਹਾਕੇ ਵਿੱਚ ਇੱਥੇ ਘੱਟ ਬਾਰਿਸ਼ 'ਤੇ 3 ਸਾਲ ਸੀ, ਪਰ ਇਹ ਪਿਛਲੇ 2 ਦਹਾਕਿਆਂ ਵਿੱਚ ਨਾਟਕੀ ਢੰਗ ਨਾਲ ਬਦਲਿਆ ਹੈ। ਰਿਕਾਰਡ ਦੇ ਅਨੁਸਾਰ 2000 ਤੋਂ 2009 ਅਤੇ 2010 ਤੋਂ 2019 ਦੇ ਵਿੱਚ ਹਰ ਦਹਾਕੇ ਵਿੱਚ ਘੱਟ ਬਾਰਿਸ਼ ਵਾਲੇ 8 ਸਾਲ ਸਨ। ਕਲਾਈਮੇਟ ਚੇਂਜ ਕਰਕੇ ਸਾਡੀ ਮੌਨਸੂਨ ਰੇਨਫੋਲ ਜਿਹੜੀ ਹੈਗੀ ਹੈ ਉਹ ਅਫੈਕਟ ਹੋਈ ਹੈ। ਮੌਨਸੂਨ ਰੇਨਫੋਲ ਦੇ ਵਿੱਚ ਡਿਕਰੀਜ਼ ਆਇਆ ਹੈਗਾ ਹੈ, ਜੋ ਕਿ ਵਿਜ਼ੀਬਲੀ ਪਿਛਲੇ 20 ਸਾਲ ਦੇ ਵਿੱਚ ਆਇਆ ਹੈ। ਮੌਨਸੂਨ ਰੇਨਫੋਲ ਡਿਕਰੀਜ਼ ਹੋਣ ਦੇ ਨਾਲ ਸਾਡੀ ਪੰਪਿੰਗ ਆਊਟ ਆਫ ਜਿਹੜੀ ਪਾਣੀ ਦੀ ਅਸੀਂ ਪੰਪਿੰਗ ਆਊਟ ਕਰ ਰਹੇ ਹਾਂ ਉਹ ਤਾਂ ਉਸੇ ਹੀ ਰੇਟ 'ਤੇ ਚੱਲ ਰਹੀ ਹੈ, ਜਾਂ ਰਾਦਰ ਆਪਾਂ ਕਹਿ ਸਕਦੇ ਵੱਧ ਗਈ ਹੈ, ਪਰ ਰੀਚਾਰਜ ਨਹੀਂ ਹੋ ਰਹੀ ਹੈ। ਮਾਹਰ ਕਹਿੰਦੇ ਹਨ ਕਿ ਇੱਕ ਖੇਤੀ ਪ੍ਰਧਾਨ ਸੂਬਾ ਹੋਣ ਕਾਰਨ ਪੰਜਾਬ ਦਾ ਤੇਜ਼ੀ ਨਾਲ ਘਟਦਾ ਪਾਣੀ ਦਾ ਪੱਧਰ ਇੱਕ ਬਹੁਤ ਖਤਰਨਾਕ ਗੱਲ ਹੈ, ਪਰ ਅਜਿਹਾ ਕੀ ਕੀਤਾ ਜਾਵੇ ਜਿਸ ਨਾਲ ਇਸ ਸਮੱਸਿਆ ਦਾ ਹੱਲ ਹੋ ਸਕਦਾ ਹੈ? ਕੁਸ਼ਨ ਇਹ ਹੈ ਕਿ ਹਰ ਇੱਕ ਨੂੰ ਇਹਦੇ ਵਿੱਚ ਰਲ ਮਿਲ ਕੇ ਯੋਗਦਾਨ ਪਾਉਣਾ ਪਏਗਾ। ਨਾ ਇਕੱਲਾ ਫਾਰਮਰ ਕੁਛ ਕਰ ਸਕਦਾ ਹੈ, ਨਾ ਇਕੱਲਾ ਇੱਕ ਸ਼ਹਿਰੀ ਵਸਨੀਕ ਕਰ ਸਕਦਾ, ਨਾ ਇੰਡਸਟਰੀ ਵਾਲਾ ਕਰ ਸਕਦਾ, ਨਾ ਇਕੱਲੇ ਪੋਲਿਸੀ ਮੇਕਰ ਕਰ ਸਕਦੇ ਹੈ। ਸਾਨੂੰ ਹੁਣ ਜਿਹੜੇ ਸਾਡੇ ਐਨਰਜੀ ਰਿਸੋਰਸਿਸ ਹੈਗੇ ਆ ਹੁਣ ਸਾਨੂੰ ਗ੍ਰੀਨ ਊਰਜਾ ਵੱਲ ਜਾਣਾ ਪਏਗਾ। ਸੁਝਾਅ ਦਿੰਦੇ ਹੋਏ ਮਾਹਰ ਸੁਚੇਤ ਵੀ ਕਰਦੇ ਹਨ ਕਿ ਜੇ ਸਮਾਂ ਰਹਿੰਦਿਆਂ ਇਹਨਾਂ ਨੂੰ ਅਮਲ ਵਿੱਚ ਨਾ ਲਿਆਉਂਦਾ ਗਿਆ ਤਾਂ ਪੰਜਾਬ ਕਿਤੇ ਰੇਗਿਸਤਾਨ ਨਾ ਬਣ ਜਾਵੇ। ਅਰਵਿੰਦ ਛਾਬੜਾ, BBC, ਚੰਡੀਗੜ੍ਹ।